ਮੇਰੀ ਆਵਾਜ਼ ਹਮੇਸ਼ਾ ਮੇਰੇ ਕਿਸਾਨਾਂ ਵਾਸਤੇ ਉੱਠਦੀ ਰਹੀ ਹੈ। ਮੈਂ ਕਿਸਾਨ ਦੀ ਧੀ ਹਾਂ। ਦਿੱਲੀ ਜਾਣ ਵਾਲੇ ਕਾਫਲੇ ਦੇ ਵਿੱਚ ਸਭ ਤੋਂ ਅੱਗੇ ਮੈਂ ਵੀ ਨਾਲ ਹੋਵਾਂ। ਜੇ ਮੇਰੇ ਬਜ਼ੁਰਗ ਅੱਗੇ ਹੋ ਕੇ ਆਪਣੇ ਉੱਤੇ ਆਸੂ ਗੈਸ ਦੇ ਗੋਲੀ ਖਾ ਸਕਦੇ ਆ, ਜਿਹੜੀ ਰਬੜ ਦੀਆਂ ਗੋਲੀਆਂ ਖਾ ਸਕਦੇ ਆ, ਕਿਉਂ ਨਾ ਸਾਡੀ ਪੰਜਾਬ ਦੀਆਂ ਧੀਆਂ ਜਿਹੜੀਆਂ ਨੇ ਉਹ ਵੀ ਅੱਗੇ ਆ ਕੇ ਉਹਨਾਂ ਦਾ ਸਹਿਯੋਗ ਕਰਨ। ਔਰ ਸਾਡੇ ਪੰਜਾਬ ਦੇ ਜਿੰਨੇ ਕਲਾਕਾਰ ਨੇ ਹਰਿਆਣੇ ਦੇ, ਉਹ ਸਾਰੇ ਜਿਹੜੇ ਵੀ ਕਿਸਾਨੀ ਅੰਦੋਲਨ 'ਚ ਪਿਛਲੀ ਵਾਰ ਵੀ ਨਾਲ ਸੀਗੇ, ਐਰਕੇ ਵੀ ਨਾਲ ਨੇ। ਮੈਂ ਅੱਜ ਆਵਾਂ, ਹੁਣ ਕੱਲ੍ਹ ਉੱਤੇ ਪਾ ਦਿੱਤੀ ਗਈ ਗੱਲ ਹੈ, ਸੋ ਕੱਲ੍ਹ ਵੀ ਅਸੀਂ ਇਹੀ ਰਵਾਂਗੇ ਕਿ ਅੱਗੇ ਸਭ ਤੋਂ ਅੱਗੇ ਲੱਗ ਕੇ ਅਸੀਂ ਨਾਲ ਜਾਵਾਂਗੇ। ਦਿੱਲੀ ਕਿਸਾਨ ਅੰਦੋਲਨ ਲਗਾਤਾਰ ਚੱਲ ਰਿਹਾ ਹੈ ਅਤੇ ਆਏ ਦਿਨ ਜਿਹੜੇ ਨੇ ਲੋਕਾਂ ਦੀ ਗਿਣਤੀ ਇੱਥੇ ਵੱਧਦੀ ਜਾ ਰਹੀ ਹੈ। ਦੂਜੇ ਪਾਸੇ ਜੋ ਸਿਤਾਰੇ ਨੇ ਉਹ ਵੀ ਇੱਥੇ ਪਹੁੰਚ ਰਹੇ ਹੈ। ਮੈਡਮ ਮਾਨ ਸਾਡੇ ਨਾਲ ਮੌਜੂਦ ਨੇ। ਮੈਡਮ, ਕਿਵੇਂ ਦੇਖਦੇ ਹੋ ਇਸ ਵਾਰ ਮੁੜ ਤੋਂ ਜਿਹੜਾ ਅੰਦੋਲਨ ਸ਼ੁਰੂ ਹੋਇਆ? ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਪਿਛਲੀ ਵਾਰੀ ਸਰਕਾਰ ਨੇ ਕਿਹਾ ਸੀਗਾ ਕਿ ਉਹ MSP ਦੇ ਉੱਤੇ ਕਮੇਟੀ ਬਣਾਉਣਗੇ ਔਰ MSP ਫਿਕਸ ਕਰਨਗੇ, ਬਟ ਉਹਨਾਂ ਨੇ MSP ਫਿਕਸ ਨਹੀਂ ਕੀਤੀ ਔਰ ਦੁਬਾਰਾ ਤੋਂ ਕਮੇਟੀ ਦੇ ਵਿੱਚ ਉਹੀ ਲੋਕਾਂ ਨੂੰ ਵਾੜਨ ਦੀ ਕੋਸ਼ਿਸ਼ ਕੀਤੀ ਜਿਹੜੇ ਲੋਕਾਂ ਨੇ ਸਾਡੇ 3 ਕਾਨੂੰਨ ਕਾਲੇ ਕਾਨੂੰਨ ਬਣਾਏ ਸੀਗੇ। ਸੋ ਉਹ ਤੋਂ ਸੰਤੁਸ਼ਟੀ ਨਹੀਂ ਹੋਈ ਕਿਸਾਨਾਂ ਨੂੰ। ਔਰ ਨਾਲ ਹੀ ਸਵਾਮੀਨਾਥਨ ਰਿਪੋਰਟ ਦੀ ਜੇ ਅਸੀਂ ਗੱਲ ਕਰੀਏ, ਉਹਦੇ ਉੱਤੇ ਵੀ ਅਸੀਂ ਲਾਗੂ ਕਰਨ ਦੀ ਗੱਲ ਕਰਦੇ ਹਾਂ ਕਿ ਸਵਾਮੀਨਾਥਨ ਰਿਪੋਰਟ ਵੀ ਲਾਗੂ ਹੋਣੀ ਚਾਹੀਦੀ ਹੈ। ਸੋ ਮੇਰੀ ਆਵਾਜ਼ ਹਮੇਸ਼ਾ ਮੇਰੇ ਕਿਸਾਨਾਂ ਵਾਸਤੇ ਉੱਠਦੀ ਰਹੀ ਹੈ। ਮੈਂ ਕਿਸਾਨ ਦੀ ਧੀ ਹਾਂ ਔਰ ਮੈਂ ਪਿੰਡੋਂ ਬਿਲੋਂਗ ਕਰਦੀ ਹਾਂ। ਸੋ ਸਾਡੇ ਦਿਲ ਦੇ ਵਿੱਚ ਹੈਗਾ ਆ ਕਿ ਅਸੀਂ MSP ਫਿਕਸ ਕਰਵਾਈਏ। ਔਰ ਅੱਜ ਮੈਨੂੰ ਅੱਜ ਦਾ ਸੀਗਾ ਕਿ ਅੱਜ ਦੀ ਮੀਟਿੰਗ ਦੇ ਦੌਰਾਨ ਸਾਡਾ ਇੱਕ ਫੈਸਲਾ ਹੋਣਾ ਹੈ ਕਿ ਅਸੀਂ ਦਿੱਲੀ ਜਾਵਾਂਗੇ। ਸੋ ਮੇਰੀ ਇਹ ਕੋਸ਼ਿਸ਼ ਸੀਗੀ ਕਿ ਦਿੱਲੀ ਜਾਣ ਵਾਲੇ ਕਾਫਲੇ ਦੇ ਵਿੱਚ ਸਭ ਤੋਂ ਅੱਗੇ ਮੈਂ ਵੀ ਨਾਲ ਹੋਵਾਂ। ਜੇ ਮੇਰੇ ਬਜ਼ੁਰਗ ਅੱਗੇ ਹੋ ਕੇ ਆਪਣੇ ਉੱਤੇ ਆਸੂ ਗੈਸ ਦੇ ਗੋਲੀ ਖਾ ਸਕਦੇ ਆ, ਜਿਹੜੀ ਰਬੜ ਦੀਆਂ ਗੋਲੀਆਂ ਖਾ ਸਕਦੇ ਆ, ਕਿਉਂ ਨਾ ਸਾਡੀ ਪੰਜਾਬ ਦੀਆਂ ਧੀਆਂ ਜਿਹੜੀਆਂ ਨੇ ਉਹ ਵੀ ਅੱਗੇ ਆ ਕੇ ਉਹਨਾਂ ਦਾ ਸਹਿਯੋਗ ਕਰਨ। ਬਜ਼ੁਰਗਾਂ ਵਿੱਚ ਸਭ ਤੋਂ ਪਹਿਲੇ ਕੀ ਦਿਖਾਈ ਦਿੰਦਾ? ਵੇਖੋ, ਬਜ਼ੁਰਗ ਅਤੇ ਸਾਡੀ ਜਿਹੜੀ ਪੀੜ੍ਹੀ ਹੈ ਨਾ, ਇਹ ਦੁਬਾਰਾ ਲੱਭਣੀ ਨਹੀਂ ਆਪਾਂ ਨੂੰ, ਹੈ ਨਾ। ਆਪਾਂ ਨੂੰ ਉਹਨਾਂ ਨੂੰ ਬਚਾਉਣਾ ਚਾਹੀਦਾ। ਇਹ ਸਾਡੇ ਹੱਕਾਂ ਵਾਸਤੇ ਲੜਦੇ ਨੇ ਵਿਚਾਰੇ। ਠੰਡ ਦੇ ਵਿੱਚ ਵੀ ਇਹਨਾਂ ਨੇ ਬਾਰਡਰਾਂ 'ਤੇ ਕੱਟੇ ਆ, ਗਰਮੀਆਂ ਦੇ ਵਿੱਚ ਵੀ ਸਾਡੇ ਵਾਸਤੇ, ਸਾਡੀ ਪੀੜ੍ਹੀ ਨੂੰ ਬਚਾਉਣ ਵਾਸਤੇ ਸੜਕਾਂ ਦੇ ਉੱਤੇ ਅੱਜ ਬੈਠੇ ਨੇ। ਅਤੇ ਮੈਨੂੰ ਲੱਗਦਾ ਸਾਡੀ ਜਨਰੇਸ਼ਨ ਦਾ ਵੀ ਫਰਜ਼ ਬਣਦਾ ਕਿ ਅਸੀਂ ਆਪਣੇ ਬਜ਼ੁਰਗਾਂ ਦੇ ਨਾਲ ਖੜੀਏ। ਕੀ ਲੱਗਦਾ, ਜਿਸ ਤਰੀਕੇ ਹੁਣ ਸਰਕਾਰ ਨੇ ਪਹਿਲੀ ਵਾਰ 'ਚ ਮੀਟਿੰਗਾਂ 10 ਦਿਨਾਂ ਦੇ ਵਿੱਚ ਕਰੀਬ 4 ਮੀਟਿੰਗਾਂ ਹੋ ਗਈਆਂ, ਕੱਲ੍ਹ ਵੱਡੀ ਮੀਟਿੰਗ ਚੱਲੀ ਆ, ਕਿਤੇ ਕਿ ਸਰਕਾਰ MSP 'ਤੇ ਕਿਤੇ ਕਿਤੇ ਰਾਜੀ ਹੁੰਦੀ ਦਿਖਾਈ ਦੇ ਰਹੀ ਹੈ, ਕੀ ਲੱਗ ਰਿਹਾ ਸੰਘਰਸ਼ ਅੱਗੇ ਚੱਲ ਸਕਦਾ ਹੋਰ? ਵੇਖੋ, ਮੈਨੂੰ ਲੱਗਦਾ ਕਿ MSP ਫਿਕਸ ਕਰਨੀ ਚਾਹੀਦੀ ਹੈ ਸਰਕਾਰ ਨੂੰ, ਕਿਉਂਕਿ ਕਿਸਾਨ ਜਿਹੜੀ ਹੈ ਸਾਡੀ ਦੇਸ਼ ਦੀ ਰੀੜ੍ਹ ਦੀ ਹੱਡੀ ਹੈ ਔਰ ਸਾਰੀਆਂ ਫਸਲਾਂ ਦੇ ਉੱਤੇ ਜਿਹੜੀਆਂ ਜ਼ਿਆਦੀਆਂ ਇੰਪੋਰਟੈਂਟ ਫਸਲਾਂ ਨੇ ਉਹਨਾਂ ਦੇ ਉੱਤੇ ਸਾਰਿਆਂ ਦੇ ਉੱਤੇ MSP ਦੇਣੀ ਚਾਹੀਦੀ ਹੈ। ਵੇਖੋ ਤੁਸੀਂ, UP ਦੇ ਅਤੇ ਉੱਤਰਾਖੰਡ ਦੇ ਕਿਸਾਨ ਜਿੰਨੇ ਵੀ ਹੈ ਉਹ ਕਿੰਨੀ ਪ੍ਰੋਬਲਮ ਫੇਸ ਕਰਦੇ ਨੇ ਅੱਜ ਦੀ ਡੇਟ ਦੇ ਵਿੱਚ। ਉੱਥੇ MSP ਮਿਲਦੀ ਨਹੀਂ, ਸਾਡੇ ਪੰਜਾਬ 'ਚ ਅਤੇ ਹਰਿਆਣਾ 'ਚ ਫਿਰ ਵੀ ਮਿਲਦੀ ਹੈ, ਉੱਥੇ ਤਾਂ ਮਿਲਦੀ ਵੀ ਨਹੀਂ। ਉਹ ਵਿਚਾਰੇ ਉੱਥੋਂ ਆਪਣਾ ਅਨਾਜ ਇੱਥੋਂ ਦੀ ਮੰਡੀਆਂ ਦੇ ਵਿੱਚ ਆ ਕੇ ਘੱਟ ਰੇਟ 'ਤੇ ਵੀ ਦਿੰਦੇ ਨੇ। ਸੋ ਆਪਾਂ ਨੂੰ ਹਮੇਸ਼ਾ ਕਿਸਾਨਾਂ ਦੀ ਗੱਲ ਰੱਖਣੀ ਚਾਹੀਦੀ ਹੈ ਔਰ MSP ਫਿਕਸ ਕਰਨ ਦਾ ਨਾਰਾ ਲਾਉਣਾ ਚਾਹੀਦਾ। ਜੇ ਅਸੀਂ ਸਾਰੇ ਜਣੇ ਇੱਥੇ ਬੈਠੇ ਹਾਂ, ਜਦੋਂ ਤੱਕ ਸਾਡੀ MSP ਫਿਕਸ ਨਹੀਂ ਹੋ ਜਾਂਦੀ, ਸਾਨੂੰ ਘਰੇ ਨਹੀਂ ਜਾਣਾ ਚਾਹੀਦਾ। ਮੈਡਮ, ਅਗਲੇ ਸਵਾਲ ਹੈ, ਸੈਲੀਬ੍ਰਿਟੀਜ਼ ਨਜ਼ਰ ਨਹੀਂ ਆ ਰਹੇ ਇਸ ਵਕਤ, ਸ਼ਾਇਦ ਤੁਸੀਂ ਪਹਿਲੇ ਹੋ ਜੋ ਇਸ ਵਕਤ ਇੱਥੇ ਪਹੁੰਚੇ। ਵੇਖੋ, ਮੇਰੀ ਗੱਲ ਸੁਣੋ, ਸੈਲੀਬ੍ਰਿਟੀਜ਼ ਨੇ ਹਮੇਸ਼ਾ ਆਪਣੀ ਆਵਾਜ਼ ਜਿਹੜੀ ਹੈ ਆਪਣੀ ਗਾਇਕੀ ਦੇ ਥਰੂ ਕਿਸਾਨੀ ਗਾਣੇ ਗਾ ਕੇ ਹਮੇਸ਼ਾ ਅੱਗੇ ਰੱਖੀ ਹੈ। ਔਰ ਸਾਡੇ ਪੰਜਾਬ ਦੇ ਜਿੰਨੇ ਕਲਾਕਾਰ ਨੇ ਹਰਿਆਣੇ ਦੇ, ਉਹ ਸਾਰੇ ਜਿਹੜੇ ਵੀ ਕਿਸਾਨੀ ਅੰਦੋਲਨ 'ਚ ਪਿਛਲੀ ਵਾਰ ਵੀ ਨਾਲ ਸੀਗੇ, ਐਰਕੇ ਵੀ ਨਾਲ ਨੇ। ਅਸੀਂ ਆਪਣੇ ਸੋਸ਼ਲ ਮੀਡੀਆ ਦਾ ਸਹੀ ਇਸਤੇਮਾਲ ਕਰਦੇ ਪਏ ਹਾਂ। ਮੈਂ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਆਪਣੇ ਕਿਸਾਨਾਂ ਦੀ ਗੱਲ ਹਮੇਸ਼ਾ ਰੱਖੀ ਹੈ ਔਰ ਇਨਫੈਕਟ ਉਹ ਵੀ ਰੱਖ ਰਹੇ ਨੇ। ਸਾਰੇ ਇਹੀ ਗੱਲ ਦੇਖ ਰਹੇ ਸੀਗੇ ਕਿ ਕੀ ਮੀਟਿੰਗ ਦਾ ਮਤਲਬ ਸਿੱਟਾ ਨਿਕਲਦਾ। ਸੋ ਮੈਨੂੰ ਕੱਲ੍ਹ ਪਤਾ ਲੱਗਾ ਸੀਗਾ ਤਾਈ ਦੇ ਥਰੂ ਕਿ ਅੱਜ ਜਿਹੜਾ ਹੈ ਕਿ ਅਸੀਂ ਜਾਣਾ ਆ।
ਦਿੱਲੀ ਜਾਣਾ ਆ। ਸੋ ਇਸ ਕਰਕੇ ਮੇਰੀ ਕੋਸ਼ਿਸ਼ ਸੀਗੀ ਕਿ ਮੈਂ ਅੱਜ ਆਵਾਂ, ਹੁਣ ਕੱਲ੍ਹ ਉੱਤੇ ਪਾ ਦਿੱਤੀ ਗਈ ਗੱਲ ਹੈ। ਸੋ ਕੱਲ੍ਹ ਵੀ ਅਸੀਂ ਇਹੀ ਰਵਾਂਗੇ ਕਿ ਅੱਗੇ ਸਭ ਤੋਂ ਅੱਗੇ ਲੱਗ ਕੇ ਅਸੀਂ ਨਾਲ ਜਾਵਾਂਗੇ ਦਿੱਲੀ। ਥੈਂਕ ਯੂ ਵੈਰੀ ਮਚ। ਤਾਂ ਇਸ ਵਕਤ ਸਾਡੇ ਨਾਲ ਸੋਨੀਆ ਮਾਨ ਜਿਹੜੇ ਨੇ ਉਹ ਮੌਜੂਦ ਸੀਗੇ, ਗੱਲਬਾਤ ਕੀਤੀ ਹੈ। ਅਤੇ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਜਿਵੇਂ ਕਿਸਾਨ ਅੱਗੇ ਵੱਲ ਨੂੰ ਜਾਂਦੇ ਨੇ ਤਾਂ ਸਭ ਤੋਂ ਅੱਗੇ ਗੱਡੀ ਜਿਹੜੀ ਹੈਗੀ ਹੈ ਉਹਨਾਂ ਦੀ ਹੋਵੇਗੀ, ਜੇਕਰ ਕਿਸਾਨ ਦਿੱਲੀ ਵਿੱਚ ਦਿੱਲੀ ਵੱਲ ਨੂੰ ਕੁਝ ਕਰਦੇ ਨੇ। ਕਟੋਰੀ ਬਾਰਡਰ ਤੋਂ ਕੈਮਰਾ ਪਰਸਨ ਸਨੀ ਦੇ ਨਾਲ ਸੂਰਜ ਪ੍ਰਕਾਸ਼, ਦੈਨਿਕ ਸਵੇਰਾ ਟੀਵੀ।